ਜਿਸ ਸੇਵਾ ਨੂੰ ਨਿਸ਼ਕਾਮੀ ਵੀ ਸਕਾਮੀ ਵੀ, ਜਿਸ ਸੇਵਾ ਦੇ ਅੱਗੇ ਜਿਸ ਤਰ੍ਹਾਂ ਵਿਚਾਰਧਾਰਾ ਵਗਦੀਆਂ ਜਾਂਦੀਆਂ ਨੇ, ਇੱਕ ਤਾਂ ਕਿ ਮੇਰੀ ਇੱਛਾ ਪੂਰੀ ਹੋ ਜਾਏ, ਮੈਂ 41 ਸਾਲ 40 ਦਿਨ ਜਾਂ ਇੰਨੇ ਸਾਲ ਮੈਂ ਸੇਵਾ ਕਰੂੰ, ਮੇਰੇ ਇਹ ਰੋਗ ਦਾ ਖੰਡਨ ਹੋ ਜਾਵੇ, ਜਾਂ ਮੈਨੂੰ ਕੋਈ ਧਨ ਪਦਾਰਥ ਆਰਥਿਕ ਤੌਰ 'ਤੇ ਮੇਰੀ ਗਰੀਬੀ ਚੁੱਕੀ ਜਾਵੇ, ਮੇਰਾ ਕਾਰਜ ਸਿੱਧ ਹੋ ਜਾਵੇ ਔਰ ਮੈਂ ਆਹ ਹਾਸਲ ਕਰਨਾ ਚਾਹੁੰਦਾ, ਕੋਈ ਧਨ, ਕੋਈ ਰਾਜ, ਕੋਈ ਦੁੱਧ, ਕੋਈ ਪੁੱਤਰ, ਕੋਈ ਰਾਜ ਸਿੰਘਾਸਨ ਪ੍ਰਿਥਵੀ ਦਾ ਪ੍ਰਾਪਤ ਕਰਨ ਵਾਸਤੇ, ਉਸਨੂੰ ਸਕਾਮ ਕਹਿੰਦੇ ਨੇ, ਇੱਛਾ ਕਹਿੰਦੇ ਨੇ, ਮਤਲਬ ਉਹ ਇਹਦੇ ਉਸ ਸੇਵਾ ਦੇ ਨਾਲ ਇੱਛਾ ਹੀ ਪੂਰੀ ਹੋਣੀ ਹੈ। ਔਰ ਜੋ ਨਿਸ਼ਕਾਮ ਹੈ ਉਸਦੇ ਨਾਲ ਸੰਤ ਮਹਾਰਾਜ ਦਾ ਪ੍ਰਵਚਨ ਵੀ, ਭਵਿੱਖਤ ਵੀ, ਵਰਤਮਾਨ ਸਮੇਂ 'ਚ ਉਹਨਾਂ ਨੇ ਬਖਸ਼ਿਸ਼ਾਂ ਦਿੱਤੀਆਂ ਹੋਈਆਂ ਦਾ ਵਰਦਾਨ, ਔਰ ਗੁਰਸਿੱਖ ਹਿਰਦਿਆਂ ਵਿੱਚ ਸੰਗਤਾਂ ਦੇ ਸ਼ਰਧਾਲੂਆਂ ਦੇ ਇਹ ਹਿਰਦੇ 'ਚ ਪਿਆ। ਔਰ ਦੂਸਰਾ ਕਿ ਨਿਸ਼ਕਾਮ ਸੇਵਾ ਕਰਨ ਤੋਂ ਤੁਹਾਡਾ ਅੰਤਸ਼ਕਰਨ, ਔਰ ਵੀ ਪ੍ਰਾਚੀਨ ਸਾਡੇ ਬਜ਼ੁਰਗਾਂ ਦੇ ਗ੍ਰੰਥ, ਪ੍ਰਾਚੀਨ ਸਾਡੀਆਂ ਜੋ ਸਭਿਅਤਾ ਧਰਮ ਦੀ ਹੈ ਉਸਦੇ ਵਿੱਚ ਵੀ ਇਹੀ ਹੈ ਕਿ ਸੇਵਾ ਦੇ ਨਾਲ, ਨਿਸ਼ਕਾਮ ਸੇਵਾ ਦੇ ਨਾਲ ਹਿਰਦਾ ਸ਼ੁੱਧ ਹੁੰਦਾ। ਜਿਸ ਤਰ੍ਹਾਂ ਇੱਕ ਕੱਪੜੇ ਦੇ ਵਿੱਚ ਮੈਲ ਬਹੁਤ ਪਈ ਹੈ, ਉਹਨੂੰ ਧੋਏ ਤੋਂ ਬਿਨਾਂ ਕਿਸੇ ਲਲਾਰੀ ਨੂੰ ਕਹੋ ਮੈਲ ਬਹੁਤ ਪਈ ਹੈ, ਔਰ ਕਿ ਇਹਨੂੰ ਕਸੁੰਬੜੇ ਦਾ ਰੰਗ, ਅਗਨੀ ਦਾ ਤੇਜ ਜਿਸ ਤਰ੍ਹਾਂ ਹੁੰਦਾ ਹੈ, ਕਸੁੰਬੜਾ ਇੱਕ ਫੁੱਲ ਹੁੰਦਾ ਹੈ, ਇਹ ਗੁਲਾਬ ਫੁੱਲ ਤੋਂ ਵੀ ਤੇਜ਼ ਕਿ ਇਹੋ ਜਿਹਾ ਰੰਗ ਚਾੜ ਦੇ, ਤਾਂ ਉਹ ਕਹੋ ਨਹੀਂ ਮੇਰੀ ਬਦਨਾਮੀ ਹੋਊ। ਇਸ ਵਿੱਚ ਪਹਿਲੇ ਬਰਤਨ ਰੂਪ ਜਿਹਦੇ ਵਸਤੂ ਪਾਣੀ ਹੈ ਉਹਨੂੰ ਸ਼ੁੱਧ ਕਰੋ, ਮਾਂਜੋ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ, ਉਹਨੂੰ ਤਾਂ ਮਾਂਜਣਾ ਪੈਣਾ ਹੈ। ਆਤਮਲੀਨ ਭਾਂਡੇ ਨੂੰ ਕਿੰਨੀ ਮੈਲ ਪਈ ਹੈ, ਮਾਂਝ ਕੇ ਧੋ ਕੇ ਸਵਾਰ ਕੇ ਫਿਰ ਵਸਤੂ ਪਾਈ ਜਾਂਦੀ ਹੈ। ਪਾਉਣ ਵਾਲੇ ਪਾਉਂਦੇ ਨੇ, ਪ੍ਰਾਪਤੀ ਵਾਲੇ ਪ੍ਰਾਪਤੀ ਕਰਦੇ ਨੇ। ਨਿਸ਼ਕਾਮ ਸੇਵਾ ਅਤੇ ਗੁਰਸੇਵਾ 'ਤੇ ਮਨ ਨਿਰਮਲ ਹੋਵੇ, ਹੋਰ ਤੈ ਸੁਖਨਾ ਪਾਲ ਜੀਓ। ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਪਈ ਹੈ, ਔਰ ਜਿਸ ਜਨਮ ਦੇ ਇੱਕ ਨਹੀਂ ਦੋ ਨਹੀਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਇਆ ਸਿਆਹ, ਕਾਲਾ ਰੰਗ ਹੋ ਗਿਆ, ਸਿਆਹ ਹੋ ਗਿਆ, ਜਿਹਨੂੰ ਕਹਿੰਦੇ ਨੇ ਸੀ ਆਮ ਸ਼ਾਹ ਰੰਗ, ਸਿਆਹ ਸਿਆਹੀ ਵਰਗਾ, ਕਾਲੀ ਸਿਆਹੀ, ਨੀਲੀ, ਹੋਰ ਵੀ ਬਹੁਤ ਨੇ, ਲਾਲ ਹੈ ਜੀ, ਨੀਲੀ ਹੈ, ਪਰ ਕਾਲਾ ਹੋਇਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋ ਗਈ, ਕੋਲੂ ਦੀ ਲੀਰ, ਕਾਲੀ ਕੰਬਲੀ, ਉਹ ਜੇ ਧੋ ਦੇਈਏ ਉਸਦੇ ਨਾਲ ਵੀ ਉਸਨੇ ਨਿਰਮਲ ਨਹੀਂ ਹੋਣਾ, ਤਾਂ ਫਿਰ ਬਹੁਤ ਵੱਡੀ ਗੱਲ ਹੈ। ਹਜ਼ੂਰ ਨੇ ਜਪਜੀ ਸਾਹਿਬ 'ਚ ਕਿਹਾ, ਭਰੀਏ ਮਤ ਪਾਪਾਂ ਕੈ ਸੰਗ,
ਉਹ ਧੋਪੇ ਨਾਵੇ ਕਰਾਂ, ਉਹ ਮਤ ਮੈਲੀ ਹੋ ਗਈ, ਮਨ ਮੈਲਾ, ਮਨ ਮੈਲੇ ਦੀ ਗੱਲ ਅਤੇ ਮਤ ਦੀ ਗੱਲ ਦੋ ਵਿਚਾਰਾਂ ਆ ਗਈਆਂ। ਪਾਪਾਂ ਕਹਿ ਸੰਗ ਉਹ ਧੋਪੇ ਨਾਵੇ ਕਹਿ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਕਹਿਣ ਨਾਲ ਨਹੀਂ ਕਿ ਮੈਂ ਪਾਪੀ ਹਾਂ ਜੀ, ਪਾਪ ਛੱਡਦਾ ਹੈ ਨਹੀਂ, ਮੈਂ ਪੁੰਨੀ ਹਾਂ, ਮੈਂ ਬੜਾ ਦਾਨ ਕਰਦਾ ਹਾਂ, ਕੀਤਾ ਕੱਖ ਨਹੀਂ ਹੈ, ਉਹ ਵੀ ਬੀ ਇੱਛਾ ਰੱਖ ਕੇ ਕਰਦਾ ਹੈ, ਐਸੇ ਵੀ ਸ਼ੁੱਧਤਾਈ ਨਹੀਂ ਹੈ, ਮਨ ਮੈਲੇ ਤਨ ਅੱਛਾ ਹੋਵੇ ਤਾਂ ਇਸ ਨੂੰ ਸ਼ੁੱਧ ਕਰਨਾ ਕਿਤਨਾ ਸਾਬਣ ਲਾਉਣਾ ਹੈ। ਪਰ ਇਹ ਮਤ ਪਾਪਾਂ ਕਹਿ ਸੰਗ ਹਜ਼ੂਰ ਨੇ ਕਿਹਾ ਉਤਾਰਨਾ ਪਿਆਰ ਦੇ ਨਾਲ, ਤੇਰੀ ਤਾਂ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋਂ ਲੈ ਬੰਦਿਆ, ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਕੇ ਤੋਂ ਲੈ ਗਾਫਲਾ।
ਵਰਗੀ ਪਾਪਾਂ ਦੇ ਨਾਲ ਵਰਗੀ ਹੈ ਨਾਮ ਜਪ ਕੇ ਤੋ ਲੈ ਬੰਦਿਆ ਤੇਰੀ ਮਤ ਪਾਪਾਂ ਦੇ ਨਾਲ ਵਰਗੀ ਹੈ ਨਾਮ ਜਪ ਕੇ ਤੋ ਲੈ ਪਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿ ਰੰਗ ਨਾਮ ਦਾ ਇੱਕ ਸਾਬਣੇ ਦੇ ਜਿਵੇਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਕਿੰਨਾ ਸੌਖਾ ਸ਼ਬਦ ਅੱਜ ਦੇ ਨਹੀਂ ਅਸੀਂ ਸਾਬਣ ਕਹਿਣ ਲੱਗੇ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ ਸਦੀਆਂ ਦਾ ਸ਼ਬਦ ਹੈ ਸਾਬਣ ਸਰੂਪ ਕਿਤਨੀ ਵੱਡੀ ਗੱਲ ਨਾਮ ਔਰ ਸੇਵਾ ਦੋ ਕਰਨਾ ਗੁਰੂ ਘਰ ਵਿੱਚੋਂ ਸ਼ਰਧਾਲੂ ਨੂੰ ਮੋਕਸ਼ ਨੂੰ ਪ੍ਰਾਪਤ ਹੁੰਦੀਆਂ ਨੇ ਗੁਰ ਸੇਵਾ ਮੇਰੇ ਯਾਦ ਆਇਆ ਪੱਖੇ ਇੱਧਰ ਦੇਖੋ ਕਿਵੇਂ ਹੱਥੀਂ ਚੱਲ ਰਹੇ ਨੇ ਬਿਜਲੀ ਵਾਲੇ ਤਾਂ ਬਿਜਲੀ ਦਾ ਬਿੱਲ ਬਣਾ ਲੈਣਾ ਪਰ ਆਹ ਜਿਹੜੇ ਹੱਥੀਂ ਪੱਖੇ ਪੱਖਾ ਫੇਰੀ ਪਾਣੀ ਟੋਮਾ ਜੋ ਦੇਵੇ ਸੁੱਖ ਆਈ ਸੰਤ ਮਹਾਰਾਜ ਦਾ ਦੀਵਾਨ ਉਸ ਵੇਲੇ ਕੌਣ ਜਾਣਦਾ ਸੀ ਸਿਉੜਾ ਸਾਹਿਬ ਬਰੋਟੇ ਹੇਠ ਦਰਵਾਜ਼ੇ ਦੇ ਮੂਹਰੇ ਹੁੰਦਾ ਤੁਹਾਨੂੰ ਹੁਣ ਸੰਗਤਾਂ ਨੂੰ ਉਹਦੇ ਦਰਸ਼ਨ ਨਹੀਂ ਹੋ ਰਹੇ ਦਾਸ ਨੇ ਹੁੰਦਿਆਂ ਹੋਇਆਂ ਬਰੋਟੇ ਦੇ ਵੀ ਦੀਵਾਨ ਕੀਤਾ ਹੈ ਉਦੋਂ ਬਾਅਦ ਉਹ ਪੁਰਾਣਾ ਬਜ਼ੁਰਗਾਂ ਵਾਂਗੂ ਪੁਰਾਣਾ ਹੋ ਗਿਆ ਬਰੋਟਾ ਕਈ ਲਾਲਚੀ ਲੋਕ ਹੁੰਦੇ ਨੇ ਸਾਡੀਆਂ ਸੁਸਾਇਟੀਆਂ ਬਣਦੀਆਂ ਨੇ ਇੱਥੇ ਜੀ ਇਹਨੂੰ ਪੁੱਟ ਦਿਓ ਇੱਥੇ ਰਿਓ ਦਾ ਬਣਾ ਦਿਓ ਥਾਂ ਫਲਾਣਾ ਕਰ ਦਿਓ ਧਮਕਾ ਕਰ ਦਿਓ ਅੱਜ ਕੱਲ੍ਹ ਜਗ੍ਹਾ ਦਾ ਤੁਹਾਨੂੰ ਪਤਾ ਹੈ ਉੱਥੇ ਪੱਟੀਆਂ ਹੇਠਾਂ ਵਿਛੀਆਂ ਹੋਈਆਂ ਬਰੋਟੇ ਦੀ ਛਾਂ ਸਿਰਫ ਇੱਕ ਚੰਦੋਆ ਗੁਰੂ ਗ੍ਰੰਥ ਸਾਹਿਬ ਨੂੰ ਤਾਣਿਆ ਹੋਇਆ ਸੀ ਚਾਨਣੀਆਂ ਵੀ ਨਹੀਂ ਹੁੰਦੀਆਂ ਸੀ ਚੰਦੋਏ ਮਤਲਬ ਇੱਕ ਹੋਊਗਾ ਪਿੰਡ ਦੇ ਵਿੱਚ ਸਾਰੇ 'ਚ ਇੱਕ ਉਹ ਵੀ ਫੁਲਕਾਰੀਆਂ ਆਦਿਕ ਜੋੜ ਕੇ ਵਿਆਹ ਵੇਲੇ ਲਾਇਆ ਜਾਂਦਾ ਹੁੰਦਾ ਤੋ ਐਸਾ ਪੱਟੀਆਂ ਹੇਠਾਂ ਗੱਡਿਆਂ ਦੀਆਂ ਵਿਛਾਈਆਂ ਹੋਈਆਂ ਤੋ ਗਰਮੀ ਆਵੇ ਬਰੋਟੇ ਹੇਠ ਛਾਵੇਂ ਭਾਵੇਂ ਦੀਵਾਨ ਸੀ ਮਹਾਰਾਜ ਕਹਿੰਦੇ ਭਾਈ ਤੁਹਾਡੇ ਘਰਾਂ 'ਚ ਕਿਸੇ ਦੇ ਪੱਖੇ ਵੀ ਹੋਣਗੇ ਤੋ ਉਦੋਂ ਅਸੀਂ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਹਾਂ ਪੱਖਾ ਚੱਲਣ ਵਾਲੇ ਲੋਕ ਵਿਆਹ ਸ਼ਾਦੀਆਂ 'ਚ ਚੱਲਦੇ ਸੀ ਉਹਨਾਂ ਦੇ ਘਰੀ ਇੱਕ ਇੱਕ ਦੋ ਦੋ ਪੱਖੇ ਹੁੰਦੇ ਉਹ ਵੀ ਜਨ ਬਰਾਤ ਨੂੰ ਲਾਈਨ ਬੱਝੀ ਹੁੰਦੀ ਅੱਖੀਂ ਮੈਂ ਦੇਖਿਆ ਸਭ ਕੁਛ ਹੀ ਉਹਨਾਂ ਨੂੰ ਚੱਲਦੇ ਹੁੰਦੇ ਸੀ ਜਾਂ ਵਿਆਹ ਸ਼ਾਦੀ ਚੱਲਣਾ ਉਹ ਵੀ ਖਜ਼ੂਰਾਂ ਜਿਹਾਂ ਦੇ ਪੱਤੇ ਆ ਨਹੀਂ ਸੀ ਤੋ ਉਸ ਵੇਲੇ ਮਹਾਰਾਜ ਨੇ
ਕਈ ਪ੍ਰੇਮੀ ਲਿਆਏ, ਦੋ ਤਿੰਨ ਚਾਰ ਘਰਾਂ 'ਚੋਂ ਤਕਰੀਬਨ ਆਏ, ਚਾਰ ਪੱਖੇ। ਮਹਾਰਾਜ ਨੇ ਇੱਕ ਸਿੱਧਾ ਸ਼ਬਦ ਕਹਿ ਦਿੱਤਾ ਸਾਨੂੰ, ਕਿਸੇ ਸਿੱਧਿਆਂ 'ਚ ਤਾਂ ਸਿੱਧਾ ਹੀ ਚੱਲਦਾ ਹੈ। ਕਹਿੰਦੇ ਭਾਈ ਹੁਣ ਤਾਂ ਤੁਸੀਂ ਧਾਰਨਾ ਵੀ ਪੜ੍ਹਦੇ ਹੋ, ਡਵਿੱਡਾ ਜੋੜ ਲਿਆ, ਡਵਿੱਡਾ ਕਹਿੰਦੇ ਨੇ, ਇੱਕ ਨਾਮ ਜਪਦੇ ਹੋ ਸੁਣਦੇ ਹੋ ਅਤੇ ਦੂਸਰਾ ਹੱਥੀਂ ਪੱਖੇ ਚੱਲਦੇ ਹੋ, ਤੁਹਾਡੇ ਹੱਥ ਵੀ ਪਵਿੱਤਰ ਹੋ ਰਹੇ ਨੇ। ਕਿਉਂ? ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਿਗਿਆੜ ਦੇ ਸਮੇਂ ਇਹ ਲਾਣਤ ਦਿੱਤੀ ਆਪਣੇ ਜੀਵਨ ਸੰਸਾਰ ਵਿੱਚ, ਸਾਡੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਇੱਕ ਦੀ ਲਾਸ਼ ਪਈ ਹੈ ਜਗਨਨਾਥਪੁਰੀ, ਵਿਗਿਆੜ ਆਇਆ, ਉਹਨੇ ਆਪਣਾ ਖੁਰਾਕ ਕਰਨੀ ਸੀ, ਉਹ ਮੁਰਦਾ ਪਿਆ, ਉਹਦੇ ਪੈਰ ਸੁੰਘੇ। ਕਿਉਂ ਸੁੰਘੇ ਸੀ? ਉਹਦੇ 'ਚ ਕੁਛ ਲੁਕਿਆ ਸੀ। ਫਿਰ ਉਹ ਵਾਪਸ ਮੁੜ ਗਿਆ, ਕਹਿੰਦਾ ਨਹੀਂ, ਇਹਦਾ ਮਾਸ ਨਹੀਂ ਖਾਣਾ। ਜਿਵੇਂ ਭਗਤ ਨਾਮਦੇਵ ਜੀ ਨੇ ਵੀ ਕਿਹਾ ਹੈ, ਤਾਂ ਬਾਕੀ ਕੀ ਗੱਲ ਕਿ ਮਾਸ ਗਿਰ ਜਾਣੇ ਨਹੀਂ ਖਾਣਾ ਪਾਪੀ ਬੰਦਿਆਂ ਦਾ। ਤੋ ਕਹਿੰਦੇ ਨਹੀਂ, ਉਹ ਫਿਰ ਮੁੜ ਕੇ ਆਇਆ ਵੀ ਥੋੜ੍ਹੀ ਖੁਰਾਕ ਕਰ ਲਓ। ਉਹਦੇ ਹੱਥ ਸੁੰਘੇ, ਸੌਂਗ ਹੈ ਉਹਨਾਂ ਨੂੰ ਪਤਾ ਹੈ ਕਿ ਤੁਹਾਨੂੰ ਮੈਨੂੰ ਵੀ ਪਤਾ ਹੈ, ਕਿਆ ਪਤਾ ਹੈ, ਕਹੇ ਤਾਂ ਵੀ ਮਸਾਂ ਕੰਮ ਕਰਦੇ ਨੇ, ਮਸਾਂ ਕੋਈ ਸੇਵਾ ਹੀ ਕਰ ਲਓ। ਤਾਂ ਉੱਥੇ ਤਿਰਗ ਦੀ ਗੱਲ ਕਹੀ ਹੈ, ਲਾਣਤਾਂ ਕਈਆਂ ਨੇ ਉਲਾਂਭੇ ਦਿੱਤੇ ਨੇ। ਉਹ ਫਿਰ ਹੱਥ ਸੁੰਘ ਕੇ ਵਾਪਸ ਮੁੜ ਗਿਆ, ਫਿਰ ਆਇਆ ਥੋੜ੍ਹੇ ਜਿਹੇ ਚੱਕਰ ਬਾਅਦ। ਇਹ ਜਗਨਨਾਥਪੁਰੀ ਦੀ ਕਥਾ ਹੈ। ਫਿਰ ਉਸਨੇ ਆ ਕੇ ਉਹਦਾ ਮਸਤਕ ਸਿਰ ਨੂੰ ਸੁੰਘਿਆ, ਤਾਂ ਖੁਰਾਕ ਨਹੀਂ ਬਣਾਈ ਆਪਣੀ, ਉਸ ਵਿਗਿਆੜ ਨੇ ਖੁਰਾਕ ਨਹੀਂ ਬਣਾਈ। ਫਿਰ ਮੁੜ ਗਿਆ, ਉਹਦੇ ਗੱਲ ਕੀ ਇਕੱਲੇ ਇਕੱਲੇ ਅੰਗ ਹੱਥ ਪੈਰ ਦੇਖ ਕੇ ਆਖਰ ਇਹੀ ਕਿਹਾ, ਇਹ ਪਾਪੀ ਹੈ। ਭਾਈ ਮਰਦਾਨਾ ਪੁੱਛਦਾ ਹੈ, ਬਾਬਾ ਜੀ ਇਹ ਤਿੰਨ ਲੋਕ ਦੇ ਮਾਲਕ, ਉਹ ਦੇਖੋ ਲਾਸ਼ ਪਈ ਹੈ, ਮੁਰਦਾ ਪਿਆ, ਉਹਦੀ ਖੁਰਾਕ ਹੈ, ਹਾਲਾਂਕਿ ਉਹ ਪਾਲਣ ਜਾਣਦੇ ਨੇ, ਲਿਆਉਂਦੇ ਨੇ, ਆ ਜਾਵੇ ਹੱਥ 'ਚ ਆ ਜਾਵੇ, ਨਹੀਂ ਨਾ ਵੀ ਸੀ ਭੁੱਖੇ ਰਹਿ ਜਾਂਦੇ ਨੇ। ਉਸਦੀ ਖੁਰਾਕ ਪਈ ਸੀ, ਉਹਨੇ ਪੈਰ ਸੁੰਘੇ, ਖੁਰਾਕ ਨਹੀਂ ਬਣਾਈ, ਪੈਰਾਂ ਨੂੰ ਨਹੀਂ ਖਾਧਾ, ਫਿਰ ਮੁੜ ਗਿਆ ਪੰਜ ਦਸ ਕਰਮਾਂ 'ਤੇ, ਫਿਰ ਆਇਆ, ਫਿਰ ਉਸਦੇ ਹੱਥ ਸੁੰਘੇ, ਤੋ ਫਿਰ ਵੀ ਹੱਥਾਂ ਦੀ ਖੁਰਾਕ ਨਹੀਂ ਬਣਾਈ, ਮਸਤਕ ਆਦਿਕ ਨੂੰ ਸੁੰਘਿਆ, ਨੇਤਰ ਸੁੰਘੇ, ਗੱਲ ਕੀ ਸਰੀਰ ਦੀ ਹਾਲਤ ਦੇਖੀ, ਇਹਨੇ ਖੁਰਾਕ ਕਿਉਂ ਨਹੀਂ ਬਣਾਈ? ਹਜ਼ੂਰ ਨੇ ਕਿਹਾ, ਐ ਮਰਦਾਨਿਆ ਇਹ ਦੇਖ ਰਿਹਾ ਸੀ, ਇਹਨੇ ਪਹਿਲਾਂ ਇਹਨੂੰ ਗਿਆਨ ਹੈ ਪਿਛਲੇ ਜਨਮ ਦਾ, ਬੋਧ ਹੈ ਇਸ ਨੂੰ ਕਿ ਤੁਹਾਨੂੰ ਮੈਨੂੰ ਵੀ ਹੈ ਕੋਈ, ਆਪਾਂ ਪਿਛਲੇ ਜਨਮ ਵਿੱਚ ਕਿੱਥੇ ਸੀ, ਇੰਨਾ ਹੈ ਚਾਨਣ, ਕੋਈ ਝੂਠ ਬੋਲੂਗਾ, ਹੈ ਚਾਨਣ ਕਿ ਪਿਛਲੇ ਜਨਮ ਵਿੱਚ ਅਸੀਂ ਕਿਹੜੇ ਘਰ ਜਨਮ ਲਿਆ ਸੀ, ਕਿੱਥੇ ਸੀ, ਧੱਕੇ ਖਾਂਦੇ ਕਿਹਦਾ ਰਿਣ ਦੇ ਰਹੇ ਸੀ, ਕਿੱਥੇ ਸੀ,
ਬਸ ਇਹਨੂੰ ਬਾਬਰਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਚੱਲਾ ਕਹਿੰਦੇ ਨੇ, ਬੋਰਾ ਆਪਣੇ ਆਪ ਨੂੰ ਸਿਆਣਾ ਬੜਾ ਕਹਾਉਂਦਾ, ਚਤਰ ਬੜਾ ਕਹਾਉਂਦਾ, ਚਤਰ ਸਿਆਣਾ ਸੁਗੜ ਸੋਏ ਜਿਨ ਤਜਾ ਅਭਿਮਾਨ, ਅਹੰਕਾਰ ਛੱਡ ਦੇਵੇ, ਅਭਿਮਾਨ ਛੱਡ ਦੇਵੇ, ਤਕੱਬਰ ਛੱਡ ਦੇਵੇ, ਸੁਗੜ ਸਿਆਣਾ ਬਣ ਜਾਂਦਾ। ਪਰ ਗੱਲ ਇਹਨੇ ਪੈਰ ਸੁੰਘੇ, ਦੇਖਿਆ ਵੀ ਇਹਨਾਂ ਪੈਰਾਂ ਨਾਲ ਚੱਲ ਕੇ ਕਦੇ ਸੰਗਤ ਵਿੱਚ ਗਿਆ ਕਿ ਨਹੀਂ ਗਿਆ, ਨਹੀਂ ਤਾਂ ਮੈਂ ਪਖਸ਼ ਕਰ ਲਾ, ਨਹੀਂ ਮੈਂ ਤਾਂ ਪਹਿਲੇ ਜਨਮਾਂ ਦਾ ਧੱਕੇ ਖਾਂਦਾ ਫਿਰਦਾ ਹਾਂ, ਇੱਕ ਮਾਸਾਹਾਰੀ ਜੀਵ, ਔਰ ਮੈਂ ਲੋਕਾਂ ਦੇ ਬੰਦਿਆਂ ਦੇ ਪ੍ਰਥਾਏ ਕੀ ਆਖਾਂ, ਮੈਂ ਆਪਦੀ ਖੁਰਾਕ ਬਣਾਉਂਦਾ ਸੀ, ਛੋਟੇ ਪੰਛੀਆਂ ਨੂੰ ਖਾ ਖੂ ਲੈਣਾ, ਆਪਦੀ ਖੁਰਾਕ ਬਣਾਉਣੀ, ਮਤਲਬ ਮੇਰੀ ਖੁਰਾਕ ਪਈ ਸੀ। ਇਸ ਬਗਿਆੜ ਨੇ ਪੈਰ ਸੁੰਘੇ ਨੇ ਕਿ ਕਦੇ ਚੱਲ ਕੇ ਸੰਗਤ ਵਿੱਚ ਗਿਆ ਕਿ ਨਹੀਂ ਗਿਆ ਇਹਨਾਂ ਪੈਰਾਂ ਦੇ ਨਾਲ, ਫਿਰ ਹੱਥ ਸੁੰਘੇ ਵੀ ਇਹਨਾਂ ਹੱਥਾਂ ਦੇ ਨਾਲ ਜਾ